ਕਿਸੇ ਇਨਸਾਨ ਜਾਂ ਵਸਤੂ ਨੂੰ ਨੀਵਾਂ ਵਿਖਾਉਣ ਵਾਸਤੇ ਚੁੱਕਿਆ ਗਿਆ ਹਰ ਕਦਮ ਨਿੰਦਾ ਖਵਾਉਂਦਾ। ਨਿੰਦਾਗ੍ਰਸਤ ਇਨਸਾਨ ਨੂੰ ਦੂਜੇ 'ਚ ਸਿਰਫ ਬੁਰਾਈਆਂ ਹੀ ਦਿਸਦੀਆਂ। ਦੂਜੇ ਨੂੰ ਸਿਖਰ ਤੇ ਪਹੁੰਚਿਆ ਦੇਖ ਕੇ ਨਿੰਦਾਗ੍ਰਸਤ ਇਨਸਾਨ ਉਸ ਦਾ ਮੁਕਾਬਲਾ ਤਾਂ ਨਹੀਂ ਕਰ ਸਕਦਾ, ਪਰ ਉਸ ਦੀ ਨਿੰਦਾ ਕਰਕੇ ਲੋਕਾਂ ਦੀਆਂ ਨਜ਼ਰਾਂ 'ਚ ਉਸ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਦਾ। ਛੋਟੀ ਮੱਤ ਵਾਲਾ ਇਨਸਾਨ ਦੂਜਿਆਂ ਦੀ ਨਿੰਦਾ ਕਰਨ ਵਿੱਚ ਹੀ ਰੁੱਝਿਆ ਰਹਿੰਦਾ, ਪਰ ਅਕਲ ਵਾਲਾ ਨਿੰਦਾ ਦੀ ਪਰਵਾਹ ਨਾ ਕਰਦਾ ਹੋਇਆ ਆਪਣੇ ਮੁਕਾਮ ਤੇ ਪਹੁੰਚ ਜਾਂਦਾ। ਨਿੰਦਾ ਕਰਨ ਵਾਲਾ ਹਮੇਸ਼ਾ ਫੁੱਲ ਨੂੰ ਕੰਡਾ ਤੇ ਗੱਲ ਨੂੰ ਘਟਾ ਕੇ ਬਿਆਨ ਕਰਦਾ। ਅਜਿਹਾ ਇਨਸਾਨ ਜਿੰਨੀ ਮਰਜ਼ੀ ਤੀਰਥ ਯਾਤਰਾ, ਪਾਠ ਪੂਜਾ, ਦਾਨ ਪੁੰਨ ਕਰੇ, ਸਭ ਵਿਅਰਥ। ਜੇ ਉਹ 68 ਤੀਰਥ ਨਾਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਜੇ ਉਹ ਕੂਪ ਤਪਾ ਦਿਵਾਵੇ, ਕਰੇ ਨਿੰਦ ਸਭ ਬਿਰਥਾ ਜਾਵੇ। ਨਿੰਦਾ ਹਮੇਸ਼ਾ ਈਰਖਾ ਤੋਂ ਪੈਦਾ ਹੁੰਦੀ। ਈਰਖਾ ਵਸ ਇਨਸਾਨ ਆਪਣੇ ਤੋਂ ਅੱਗੇ ਇਨਸਾਨ ਦੇ ਰਸਤੇ 'ਚ ਰੁਕਾਵਟਾਂ ਖੜੀਆਂ ਕਰਨ ਤੋਂ ਕਦੇ ਪਿੱਛੇ ਨਹੀਂ ਹਟਦਾ। ਨਿੰਦਾ ਵਸ ਮਹਾਂਵੀਰ ਜੈਨ ਦਾ ਆਪਣਾ ਜਵਾਈ ਗੁਰਗੱਦੀ ਹਾਸਲ ਕਰਨ ਲਈ ਉਹਨਾਂ ਦੇ ਖਿਲਾਫ ਹੋ ਗਿਆ। ਚਚੇਰੇ ਭਰਾ ਦੇਵਦੱਤ ਨੇ ਮਹਾਤਮਾ ਬੁੱਧ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ। ਜੁਦਾਸ ਨੇ ਕੁਝ ਪੈਸੇ ਲੈ ਕੇ ਈਸਾ ਮਸੀਹ ਨੂੰ ਦੁਸ਼ਮਣਾ ਹੱਥ ਫੜਾ ਦਿੱਤਾ। ਨਿੰਦਾ ਹੀ ਸੀ ਜਿਸ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਲਈ ਆਪਣੇ ਸਗੇ ਭਰਾ ਦੇ ਖਿਲਾਫ ਕਰਤਾ ਤੇ ਘਰ ਦਾ ਸਾਰਾ ਰਾਸ਼ਨ ਚੁੱਕ ਕੇ ਲੈ ਗਿਆ। ਪਰ ਭੁੱਖੇ ਰਹਿ ਕੇ ਵੀ ਗੁਰੂ ਅਰਜਨ ਦੇਵ ਨੇ ਪਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ। ਆਗਿਆ ਮੈਂ ਭੂਖ, ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਕੁਦਰਤ ਤੋਂ ਬਾਅਦ ਜੇ ਕਿਤੇ ਜਾਤ, ਧਰਮ, ਰੰਗ, ਨਸਲ ਦਾ ਭੇਦ ਖਤਮ ਹੁੰਦਾ ਤਾਂ ਉਹ ਗੀਤ ਸੰਗੀਤ ਹੈ, ਜਿਸ ਨੂੰ ਸੁਣ ਕੇ ਕਿਸੇ ਵੀ ਧਰਮ ਦਾ ਇਨਸਾਨ ਮਸਤ ਹੋਏ ਬਿਨਾਂ ਨਹੀਂ ਰਹਿ ਸਕਦਾ। ਕੱਟੜਤਾ ਵਸ ਇੱਕ ਧਰਮ ਦੇ ਇਨਸਾਨ ਦੇ ਘਰ ਦੂਜੇ ਧਰਮ ਦੇ ਵਿਚਾਰ ਨਹੀਂ ਦਾਖਲ ਹੋ ਸਕਦੇ, ਪਰ ਗੀਤ ਸੰਗੀਤ ਹਰ ਧਰਮ ਦਾ ਚੱਲ ਸਕਦਾ। ਮਨੁੱਖਤਾ ਦਾ ਕਿਸੇ ਵੀ ਪੱਖੋਂ ਇੱਕ ਹੋਣਾ ਕਈਆਂ ਨੂੰ ਪਸੰਦ ਨਹੀਂ ਆ ਸਕਦਾ, ਜਿਸ ਕਾਰਨ ਉਹ ਆਨੇ ਬਹਾਨੇ ਗਾਉਣ ਵਾਲਿਆਂ ਦੀ ਨਿੰਦਾ ਕਰਦੇ, ਜਦਕਿ ਉਹਨਾਂ ਨੂੰ ਪਤਾ ਨਹੀਂ ਹਰ ਇਨਸਾਨ ਆਪਣੀ ਕਿਰਤ ਕਰ ਰਿਹਾ ਜਿਸ ਰਾਹੀਂ ਉਸਦੀ ਰੋਜੀ ਰੋਟੀ ਚੱਲਦੀ। ਇਸ ਲਈ ਕਿਸੇ ਨੂੰ ਹੱਕ ਨਹੀਂ ਦੂਜੇ ਦੀ ਕਿਰਤ ਨਿੰਦਣ ਦਾ। ਸੀਤਾ, ਰਾਮ, ਕ੍ਰਿਸ਼ਨ, ਗੋਪੀਆਂ ਸਾਰੇ ਹੀ ਗਾਉਂਦੇ ਸਨ, ਫਿਰ ਗਾਉਣ ਵਾਲੇ ਮਾੜੇ ਕਿਸ ਤਰ੍ਹਾਂ ਹੋ ਸਕਦੇ? ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਹਰ ਇਨਸਾਨ 'ਚ ਕੁਦਰਤ ਨੇ ਜਨਮ ਤੋਂ ਹੀ ਕੋਈ ਕਾਬਲੀਅਤ ਪਾਈ ਹੁੰਦੀ। ਕੋਈ ਚੰਗਾ ਖੇਡ ਸਕਦਾ, ਕੋਈ ਲਿਖ ਸਕਦਾ, ਕੋਈ ਬੋਲ ਸਕਦਾ, ਗਾ ਸਕਦਾ ਤੇ ਨੱਚ ਸਕਦਾ। ਨੱਚਣ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਸ਼੍ਰੀ ਕ੍ਰਿਸ਼ਨ, ਮੀਰਾ, ਚੈਤੰਨਿਆ ਵੀ ਨੱਚਦੇ ਸਨ। ਅੱਜ ਨੱਚਣ ਕੁੱਦਣ ਦੇ ਖੇਤਰ 'ਚ ਕਈ ਮਹਾਨ ਹਸਤੀਆਂ ਨੇ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਨਾਂ ਦਾ ਸਿੱਕਾ ਕਾਇਮ ਕੀਤਾ, ਪਰ ਕਈ ਲੋਕਾਂ ਨੂੰ ਇਸਤਰੀ ਦਾ ਨੱਚਣਾ ਪਸੰਦ ਨਹੀਂ ਆਉਂਦਾ। ਅਜਿਹੇ ਸਮਝ ਤੋਂ ਹੀਣੇ ਲੋਕ ਕਿਸੇ ਦੀ ਧੀ ਭੈਣ ਨੂੰ ਨੱਚਣ ਖਾਤਰ ਵੇਸ਼ਵਾ ਕਹਿਣ ਤੋਂ ਵੀ ਨਹੀਂ ਝਿਜਕਦੇ, ਜਦਕਿ ਜੰਮਿਆਂ ਵੀ ਇਹਨਾਂ ਨੂੰ ਇਸਤਰੀ ਨੇ ਤੇ ਮੁੰਡਾ ਜੰਮਣ ਦੀ ਖੁਸ਼ੀ 'ਚ ਸ਼ਾਇਦ ਇਹਨਾਂ ਦੀ ਮਾਂ ਵੀ ਨੱਚੀ ਹੋਵੇ। ਮਨ ਦੀਆਂ ਉਮੰਗਾਂ ਅਜਿਹੀ ਹਾਲਤ 'ਚ ਹਮੇਸ਼ਾ ਨੱਚਣ ਕੁੱਦਣ ਨਾਲ ਹੀ ਪ੍ਰਗਟ ਹੁੰਦੀਆਂ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ। ਸਮਾਜ 'ਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ, ਪਹਿਲੇ ਜੋ ਇਸਤਰੀ ਵੱਲ ਭੱਜਦੇ, ਦੂਜੇ ਜੋ ਇਸਤਰੀ ਤੋਂ ਭੱਜਦੇ। ਦੋਵੇਂ ਹੀ ਮਨੁੱਖਤਾ ਵਾਸਤੇ ਖਤਰਾ। ਇਸਤਰੀ ਵੱਲ ਭੱਜਣ ਵਾਲੇ ਪੁਰਸ਼ਾਂ ਨੇ ਇਸਤਰੀ ਨੂੰ ਬਾਜ਼ਾਰ 'ਚ ਲਿਆ ਕੇ ਖੜਾ ਕਰਤਾ ਅਤੇ ਵੇਸ਼ਵਾ ਬਿਰਤੀ ਨੂੰ ਜਨਮ ਦਿੱਤਾ। ਇਸਤਰੀ ਤੋਂ ਦੂਰ ਭੱਜਣ ਵਾਲੇ ਪੁਰਸ਼ਾਂ ਨੇ ਨਫ਼ਰਤ ਵੱਸ ਜਿੰਨੀ ਇਸਤਰੀ ਦੀ ਨਿੰਦਾ ਕੀਤੀ ਸ਼ਾਇਦ ਹੀ ਕਿਸੇ ਦੀ ਕੀਤੀ ਹੋਵੇ। ਇਸਤਰੀ ਨੂੰ ਨਰਕ ਦੁਆਰੀ ਕਹਿਣ ਵਾਲੇ ਅਜਿਹੇ ਲੋਕ ਉਸ ਨੂੰ ਪਤਨੀ ਦਾ ਦਰਜਾ ਦੇ ਕੇ ਗ੍ਰਸਤ ਜੀਵਨ ਤਾਂ ਨਹੀਂ ਅਪਣਾਉਂਦੇ, ਪਰ ਕਈ ਇਸਤਰੀਆਂ ਨਾਲ ਇਹਨਾਂ ਦੀਆਂ ਕੀਤੀਆਂ ਮਾੜੀਆਂ ਕਰਤੂਤਾਂ ਹਰ ਰੋਜ਼ ਸਾਹਮਣੇ ਆਉਂਦੀਆਂ। ਇਸਤਰੀ ਦੀ ਨਿੰਦਾ ਕਰਕੇ ਅਜਿਹੇ ਪੁਰਸ਼ ਸਮਾਜ 'ਚ ਸ਼ਰੇਆਮ ਰੌਲਾ ਪਾਉਂਦੇ ਕਿ ਅਸੀਂ ਕਾਮ 'ਤੇ ਜਿੱਤ ਪਾ ਲਈ, ਜਤੀ ਹੋ ਗਏ, ਮੁਕਤੀ ਹਾਸਲ ਕਰ ਲਈ, ਪਰ ਸਭ ਝੂਠ। ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਅੱਜ ਵਿਆਹ ਸ਼ਾਦੀਆਂ 'ਚ ਲੋਕ ਸ਼ੇਖੀ ਮਾਰਨ ਵਾਸਤੇ ਹਥਿਆਰ ਲੈ ਕੇ ਜਾਂਦੇ, ਹੁਣ ਇਹਨਾਂ ਨਾ ਸਮਝ ਲੋਕਾਂ ਨੂੰ ਕੌਣ ਸਮਝਾਏ ਕਿ ਦੋ ਪਰਿਵਾਰਾਂ ਨੂੰ ਜੋੜਨ ਲਈ ਪਿਆਰ ਦੀ ਜ਼ਰੂਰਤ, ਨਾ ਕਿ ਹਥਿਆਰ ਦੀ। ਇਹਨਾਂ ਦੇ ਇਸ ਫੁਕਰੇਪਨ ਕਾਰਨ ਕਈ ਬੇਕਸੂਰ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਕਈ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਨਾ ਹੋਣ ਕਾਰਨ ਉਹ ਗੀਤਕਾਰਾਂ ਨੂੰ ਹੀ ਹਥਿਆਰਾਂ ਦੀ ਮਸ਼ਹੂਰੀ ਕਰਨ ਲਈ ਨਿੰਦੀ ਜਾਂਦੇ, ਜਦਕਿ ਹਥਿਆਰਾਂ ਦੇ ਮੌਜੂਦ ਹੋਣ ਕਾਰਨ ਗੀਤਕਾਰਾਂ ਨੇ ਗੀਤ ਲਿਖੇ, ਗੀਤਕਾਰਾਂ ਦੇ ਲਿਖਣ ਕਾਰਨ ਹਥਿਆਰ ਪੈਦਾ ਨਹੀਂ ਹੋਏ। ਹਥਿਆਰ ਸਾਨੂੰ ਆਪਣੇ ਵਿਰਸੇ 'ਚੋਂ ਮਿਲੇ। ਹਥਿਆਰ ਮਨੁੱਖਤਾ ਦੀ ਭਲਾਈ ਵਾਸਤੇ ਵਰਤਣੇ ਜਾਂ ਤਬਾਹੀ ਵਾਸਤੇ, ਇਹ ਤਾਂ ਹਰ ਇਨਸਾਨ ਦੀ ਆਪਣੀ ਸਮਝ 'ਤੇ ਨਿਰਭਰ ਕਰਦਾ। ਆਮ ਆਦਮੀ ਦੀ ਗੱਲ ਤਾਂ ਇੱਕ ਪਾਸੇ, ਹਥਿਆਰ ਤਾਂ ਮਹਾਂਪੁਰਖਾਂ ਨੇ ਵੀ ਰੱਖੇ ਸਨ। ਸ਼੍ਰੀ ਰਾਮ ਚੰਦਰ ਕੋਲ ਤੀਰ ਕਮਾਨ, ਸ਼੍ਰੀ ਕ੍ਰਿਸ਼ਨ ਕੋਲ ਸੁਦਰਸ਼ਨ ਚੱਕਰ, ਹਜ਼ਰਤ ਮੁਹੰਮਦ ਕੋਲ ਤਲਵਾਰ,
ਤੇ ਗੁਰੂ ਗੋਬਿੰਦ ਸਿੰਘ ਕੋਲ ਤਲਵਾਰ, ਖੰਡਾ, ਬੰਦੂਕ, ਤੀਰ ਆਦਿ ਉਹ ਹਥਿਆਰਾਂ ਦੀ ਇੰਨੀ ਇੱਜ਼ਤ ਕਰਦੇ ਸਨ ਕਿ ਇਹਨਾਂ ਨੂੰ ਆਪਣਾ ਪੀਰ ਮੰਨਦੇ ਸਨ। ਇਸੇ ਪਰੰਪਰਾ ਤੇ ਚੱਲਦੇ ਹੋਏ ਅੱਜ ਵੀ ਤਖਤ ਹਜੂਰ ਸਾਹਿਬ ਵਿਖੇ ਸ਼ਸਤਰਾਂ ਦੀ ਪੂਜਾ ਹੁੰਦੀ। ਅਸ ਕਰਪਾਨ ਖੰਡੋ ਖੜਗ, ਤੁਬਕ ਤਬਰ ਅਰ ਤੀਰ, ਸੈਭ ਸਰੋਹੀ ਸਹਿ ਥੀ, ਯਹੇ ਹਮਾਰੇ ਪੀਰ। ਅੱਜ ਹਰ ਘਰ 'ਚ ਲੜਾਈ ਝਗੜੇ ਕਲੇਸ਼ ਦਾ ਕਾਰਨ ਨਿੰਦਾ, ਨਿੰਦਾ ਕਾਰਨ ਚੰਗੇ ਭਲੇ ਘਰ ਕੁਰਕਸ਼ੇਤਰ ਦਾ ਮੈਦਾਨ ਬਣ ਜਾਂਦੇ। ਨੂੰਹ ਸੱਸ ਦੁਆਰਾ ਇੱਕ ਦੂਜੇ ਦੀ ਨਿੰਦਾ, ਜੇ ਕਿਤੇ ਸੱਸ ਨੇ ਨੂੰਹ ਨੂੰ ਧੀ ਸਮਝਿਆ ਹੁੰਦਾ ਤੇ ਨੂੰਹ ਨੇ ਸੱਸ ਵਿੱਚ ਮਾਂ ਨੂੰ ਵੇਖਿਆ ਹੁੰਦਾ ਤਾਂ ਨਿੰਦਾ ਦੀ ਬਜਾਏ ਉਹ ਇੱਕ ਦੂਜੇ ਦੀਆਂ ਕਮੀਆਂ ਨੂੰ ਨਜ਼ਰਅੰਦਾਜ਼ ਕਰਦੀਆਂ। ਨਿੰਦਾ ਕਰਨ ਵਾਲੇ ਨੂੰ ਨਿੰਦਾ ਵਿੱਚ ਹੀ ਰਸ ਆਉਂਦਾ। ਕਈ ਲੋਕਾਂ ਦੀ ਆਦਤ ਹੁੰਦੀ ਕਿ ਜਿੰਨਾ ਚਿਰ ਤੱਕ ਉਹ ਕਿਸੇ ਆਂਢ ਗਵਾਂਢ, ਰਿਸ਼ਤੇਦਾਰ, ਭੈਣ ਭਰਾ ਦੀ ਨਿੰਦਾ ਨਾ ਕਰ ਲੈਣ, ਉਹਨਾਂ ਨੂੰ ਖਾਧਾ ਪੀਤਾ ਹਜ਼ਮ ਨਹੀਂ ਹੁੰਦਾ। ਦੂਜੇ ਦੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰਨ ਦਾ ਮਤਲਬ ਹੀ ਇਹੀ ਕਿ ਇਹਨਾਂ ਦੀ ਆਪਣੀ ਜ਼ਿੰਦਗੀ ਨੀਰਸ ਹੋ ਚੁੱਕੀ। ਹਰ ਵੇਲੇ ਧਿਆਨ ਦੂਜੇ ਵੱਲ, ਕੋਈ ਕਿੱਥੇ ਗਿਆ, ਕਿੱਥੋਂ ਆਇਆ, ਕੀ ਖਾਧਾ, ਕੀ ਲਿਆਇਆ। ਆਦਤ ਤੋਂ ਮਜਬੂਰ ਲੋਕ ਜੂਠੇ ਭਾਂਡਿਆਂ 'ਚ ਮੂੰਹ ਮਾਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ। ਜੋ ਕੁਝ ਇਹ ਕਰਦੇ, ਇਹਨਾਂ ਦੇ ਬੱਚੇ ਵੀ ਉਹੀ ਕੁਝ ਸਿੱਖਦੇ। ਅਜਿਹੇ ਲੋਕ ਖੁਦ ਆਪਣੀ ਜ਼ਿੰਦਗੀ ਨੂੰ ਜਿਉਂਦੇ ਜੀ ਨਰਕ ਬਣਾ ਲੈਂਦੇ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾ, ਨਰਕੇ ਘੋਰ ਪਵਨ। ਨਿੰਦਾ ਨੇ ਪਤੀ ਪਤਨੀ ਜਿਹੇ ਪਵਿੱਤਰ ਰਿਸ਼ਤੇ ਨੂੰ ਵੀ ਨਹੀਂ ਬਖਸ਼ਿਆ। ਪਤੀ ਪਤਨੀ ਦਾ ਰਿਸ਼ਤਾ ਪਿਆਰ ਤੇ ਵਿਸ਼ਵਾਸ ਤੇ ਟਿਕਿਆ ਹੁੰਦਾ, ਪਰ ਕਈ ਵਾਰ ਇੱਕ ਦੂਜੇ ਨੂੰ ਨਿੰਦਦਿਆਂ ਨਿੰਦਦਿਆਂ ਇਹ ਰਿਸ਼ਤਾ ਕਦੋਂ ਤਲਾਕ ਤੱਕ ਪਹੁੰਚ ਜਾਂਦਾ ਪਤਾ ਹੀ ਨਹੀਂ ਚੱਲਦਾ। ਆਪਣੀ ਮਾੜੀ ਚੀਜ਼ ਨੂੰ ਵੀ ਕਈ ਲੋਕ ਵਧਾ ਚੜ੍ਹਾ ਕੇ ਚੰਗਾ ਦੱਸਦੇ ਤੇ ਦੂਜੇ ਦੀ ਚੰਗੀ ਭਲੀ ਚੀਜ਼ ਨੂੰ ਨਿੰਦਣ ਲੱਗੇ ਮਿੰਟ ਨਹੀਂ ਲਾਉਂਦੇ। ਇਹ ਭਾਵੇਂ ਦੂਜੀ ਰਾਜਨੀਤਿਕ ਪਾਰਟੀ, ਕੌਮ, ਜਾਤ ਜਾਂ ਧਰਮ ਹੀ ਕਿਉਂ ਨਾ ਹੋਵੇ। ਆਪਣਾ ਨਖੱਟੂ ਬੱਚਾ ਵੀ ਕੋਹੇਨੂਰ ਹੀਰਾ ਲੱਗਦਾ, ਜਦਕਿ ਦੂਜੇ ਦਾ ਹੀਰਾ ਵੀ ਕੋਲਾ ਹੀ ਜਾਪਦਾ। ਮੀਠੇ ਕੋ ਕੌੜਾ ਕਹੇ, ਕੜੂਏ ਕੋ ਮੀਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਕਿਸੇ ਨੂੰ ਪਿਆਰ ਕਰੋ ਉਹ ਦਿਲ 'ਚ ਰਹਿੰਦਾ, ਪਰ ਜੇ ਕਿਸੇ ਦੀ ਨਿੰਦਾ ਕਰੋ ਉਹ ਦਿਮਾਗ 'ਚ ਰਹਿੰਦਾ। ਦਿਮਾਗ ਹਰ ਵੇਲੇ ਉਸ ਇਨਸਾਨ ਦੀਆਂ ਕਮੀਆਂ ਲੱਭਣ 'ਚ ਲੱਗਾ ਰਹਿੰਦਾ। ਕਿਸੇ ਨੂੰ ਇੰਨੀ ਅਹਿਮੀਅਤ ਨਾ ਦਿਓ ਕਿ ਉਹ ਤੁਹਾਡੇ ਦਿਮਾਗ 'ਚ ਘਰ ਬਣਾ ਲਏ। ਦਿਮਾਗ ਦੀ ਬਜਾਏ ਸਾਰਿਆਂ ਵਾਸਤੇ ਦਿਲ ਦੇ ਦਰਵਾਜ਼ੇ ਖੋਲ੍ਹੋ। ਆਪਣਾ ਕੀਮਤੀ ਸਮਾਂ ਦੂਜਿਆਂ ਦੀ ਬਜਾਏ ਆਪਣੇ ਆਪ ਨੂੰ ਜਾਣਨ 'ਤੇ ਲਾਓ। ਇਹ ਸਮਝਣ 'ਚ ਦੇਰ ਨਹੀਂ ਲੱਗੇਗੀ ਕਿ ਕੁਦਰਤ ਦੁਆਰਾ ਬਣਾਈ ਗਈ ਦੁਨੀਆ ਨੂੰ ਵੇਖਣ ਦਾ ਮੇਰਾ ਆਪਣਾ ਨਜ਼ਰੀਆ ਹੀ ਗਲਤ ਸੀ। ਕਮੀਆਂ ਦੂਜਿਆਂ 'ਚ ਨਹੀਂ, ਸਗੋਂ ਮੇਰੇ ਵਿੱਚ ਹੀ ਸਨ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ।